उपमंडल नंगल के विभिन्न ग्रामीण क्षेत्रों से होकर गुजरने वाले सतलुज दरिया बसवा नदी में कथित तौर पर निगमों के विपरीत चल रही अवैध माइनिंग के विरोध में इलाका संघर्ष कमेटी के नेतृत्व में गांव एलगरा में बीती 16 मार्च से चल रहे धरने प्रदर्शन को समर्थन देने आज आम आदमी पार्टी की युवा इकाई की प्रदेश उपाध्यक्ष अनमोल गगन मान अन्य आप नेताओं के साथ धरना स्थल पर पहुंची। इस मौके पर उन्होंने सवा नदी में हुई माइनिंग का जायजा लेने के उपरांत पत्रकारों से बात करते हुए कहा कि प्रशासन व सरकार की कथित मिलीभगत के बिना 10 फुट गहरी खुदाई से अधिक खुदाई हो ही नहीं सकती। प्रशासन व सरकार को माइनिंग माफिया के खिलाफ सख्त कदम उठाने ही होंगे, क्योंकि लोगों की जमीन खराब हो रही है और इस माइनिंग के कारण दुधारू पशु भी मौत के ग्रास बन रहे हैं। उन्होंने कहा कि अगर कोई किसान पराली को आग लगाता है तो सेटेलाइट से ली गई फोटो के आधार पर जुर्माना वसूलने के लिए नोटिस जारी कर दिया जाता है, तो माइनिंग करने वालों के खिलाफ ऐसा क्यों नहीं होता। उन्होंने सरकार व प्रशासन से अवैध माइनिंग माफिया के खिलाफ कड़ी से कड़ी कार्रवाई करने की मांग उठाई। सुने क्या कहा आप नेता अनमोल गगन मान ने सिटी हलचल से बात करते हुए। साडियां नदियां दा सवा नदी है, सतलुज चो आ रही है, दरियावां दा बुरा हाल हो चुका, नदियां दा बुरा हाल हो चुका, पिंड वाले परेशान ने, घर हड़ गए ने, मझां गावां इहदे विच हड़ रही ने, क्योंकि जिहड़ी लीगल माइनिंग आ उहदे विच ਤੁਸੀਂ ਸਿਰਫ 10 ਫੁੱਟ ਪੱਟ ਸਕਦੇ ਹੋ ਮਾਈਨਿੰਗ ਕਰਨ ਦੇ ਲਈ। ਇਹ ਘੱਟੋ ਘੱਟ ਨਹੀਂ ਤਾਂ 80-90 ਫੁੱਟ ਪੱਟਿਆ ਪਿਆ, 100 ਫੁੱਟ ਦੇ ਤਕਰੀਬਨ ਜੋ ਪਿੰਡ ਵਾਲੇ ਪਿੰਡ ਵਾਸੀ ਨੇ, ਇਹ ਕੋਈ ਪਾਰਟੀ ਦੇ ਬੰਦੇ ਨਹੀਂ ਆ, ਇਹ ਆਮ ਲੋਕ ਨੇ ਇਸ ਪਿੰਡ ਦੇ ਜਿਹੜੇ ਖੜ੍ਹੇ ਨੇ। ਇੱਥੇ ਧਰਨਾ ਲਾਇਆ ਹੋਇਆ ਇਲਾਕਾ ਸੰਘਰਸ਼ ਕਮੇਟੀ ਨੇ, ਉਹਦੇ ਮੈਂਬਰ ਸਾਰੇ ਖੜ੍ਹੇ ਨੇ, ਅਤੇ ਇਹਨਾਂ ਦੇ ਬੁਲਾਉਣ ਉੱਤੇ ਅਸੀਂ ਆਏ ਹਾਂ। ਅਤੇ ਇਹ ਚੀਜ਼ ਦੇਖ ਕੇ ਇੱਕ ਜਿਹੜੀ ਕਹਿ ਲਓ ਇਹ ਜਿੰਨਾ 11 ਕਿਲੋਮੀਟਰ ਦਾ ਏਰੀਆ, ਇੱਥੇ ਇਹ ਸੈਂਕਸ਼ਨ ਹੀ ਨਹੀਂ ਹੋਇਆ ਹੋਇਆ, ਗਵਰਨਮੈਂਟ ਵੱਲੋਂ ਕਿਸੇ ਨੂੰ ਕੋਈ ਠੇਕੇਦਾਰੀ ਨਹੀਂ ਦਿੱਤੀ ਹੋਈ। ਮੈਂ ਪੰਜਾਬ ਦੇ ਪ੍ਰਸ਼ਾਸਨ ਤੋਂ, ਪੰਜਾਬ ਦੀਆਂ ਸਰਕਾਰਾਂ ਤੋਂ ਇਹ ਪੁੱਛਣਾ ਚਾਹੁੰਦੀ ਹਾਂ ਵੀ ਜੇ ਤਾਂ ਇੱਕ ਕਿਸਾਨ ਦੇ ਖੇਤ ਨੂੰ ਪਰਾਲੀ ਨੂੰ ਅੱਗ ਲੱਗੀ ਹੋਵੇ ਜੀ, ਤਾਂ ਤੁਸੀਂ ਸੈਟੇਲਾਈਟ ਰਾਹੀਂ ਇੱਕ ਫੋਟੋ ਖਿੱਚ ਕੇ ਕਿਸਾਨ ਦੇ ਘਰੇ ਭੇਜਦੇ ਹੋ ਵੀ ਪਰਾਲੀ ਨੂੰ ਅੱਗ ਲੱਗੀ ਹੈ ਜੀ, ਜੁਰਮਾਨਾ ਦਿਓ। ਇੱਥੇ ਕੋਈ ਸੈਟੇਲਾਈਟ ਨਹੀਂ ਕੰਮ ਕਰਦਾ, ਸੈਂਕੜੇ ਟਰੱਕ ਸੜਕਾਂ 'ਤੇ ਗੁਜ਼ਰਦੇ ਨੇ, ਰਾਤ ਨੂੰ ਦੀਵਾਲੀ ਵਾਂਗੂ ਜਾਂਦੇ ਨੇ। ਇੱਥੇ ਕੋਈ ਕਿਸਾਨ ਆਉਂਦਾ ਤਾਂ ਕੁੱਟਮਾਰ ਕਰਕੇ ਭਜਾਇਆ ਜਾਂਦਾ, ਕੋਈ ਪੱਤਰਕਾਰ ਵੀਰ ਆ ਜਾਵੇ ਉਹਨੂੰ ਸਿਕਿਉਰਿਟੀ ਲੈ ਕੇ ਆਉਣਾ ਪੈਂਦਾ, ਕਿਉਂਕਿ ਗੁੰਡਾਗਰਦੀ ਸ਼ਰੇਆਮ ਹੁੰਦੀ ਹੈ। ਆਸ ਪਾਸ ਦਾ ਜਿੰਨੇ ਖੇਤ ਨੇ ਉਹ ਬੰਜਰ ਹੋ ਗਿਆ, ਕਿਉਂਕਿ ਜਿਹੜਾ ਜ਼ਮੀਨਾਂ ਦਾ ਪਾਣੀ ਹੈ ਉਹ ਥੱਲੇ ਚਲਿਆ ਗਿਆ, ਪਾਣੀ ਆ ਕੇ ਇੱਥੇ ਖੜਦਾ। ਠੀਕ ਹੈ, ਜਿਹੜਾ ਕ੍ਰੈਸ਼ਰਾਂ ਦੇ ਵਿੱਚ ਰੇਤੇ ਨੂੰ ਜਦੋਂ ਇਹ ਬਜਰੀ ਰੇਤੇ ਨੂੰ ਅੱਡ ਕਰਦੇ, ਜਿੰਨਾ ਪਾਣੀ ਉੱਥੇ ਵਰਤਦੇ ਨੇ, ਆਸ ਪਾਸ ਦੀਆਂ ਜ਼ਮੀਨਾਂ ਬੰਜਰ ਹੋ ਗਈਆਂ। ਇਹ ਕੌਣ ਨੇ ਠੇਕੇਦਾਰ? ਤੁਸੀਂ ਅੱਜ ਤੋਂ 3 ਸਾਲ ਪਹਿਲਾਂ ਕੈਪਟਨ ਸਾਹਿਬ ਹੈਲੀਕਾਪਟਰ ਰਾਹੀਂ ਲੰਘੇ, ਉਹਨਾਂ ਨੇ ਇੱਕ ਫੋਟੋ ਖਿੱਚੀ ਕਿ ਦੇਖੋ ਹਲੇ ਅਸੀਂ ਤਾਂ ਨੱਥ ਪਾ ਲਈ ਆ, ਪਰ ਹਲੇ ਵੀ ਕ੍ਰੈਸ਼ਰ ਚੱਲ ਰਹੇ ਨੇ। ਉਹਨਾਂ ਦੇ ਕਹਿਣ ਉੱਤੇ ਬੜੇ SSP ਉਹਨਾਂ ਦੇ ਫਿਰ ਕਹਿਣ ਉੱਤੇ ਉਹਨਾਂ ਨੇ ਕਿਹਾ ਵੀ ਪ੍ਰਸ਼ਾਸਨ 'ਚ ਹਲਜੁਲ ਹੋਈ, ਭੱਜੇ ਹੋਏ। ਹੁਣ ਕੀ ਇਲੀਗਲ ਮਾਈਨਿੰਗ ਬੰਦ ਕਰਨ ਦੇ ਲਈ ਜਿੰਨਾ ਟਾਈਮ ਪੰਜਾਬ ਦਾ ਮੁੱਖ ਮੰਤਰੀ ਹੈਲੀਕਾਪਟਰ 'ਤੇ ਨਹੀਂ ਚੜ੍ਹਦਾ, ਉਹਨਾਂ ਟਾਈਮ ਸੁੱਤਾ ਹੋਇਆ ਪ੍ਰਸ਼ਾਸਨ ਜਾਗਦਾ ਨਹੀਂ। ਇਸ ਮੌਕੇ ਪਰ ਇਲਾਕਾ ਸੰਘਰਸ਼ ਕਮੇਟੀ ਕੇ ਅਧਿਅਕਸ਼ ਸਰੂਪ ਸਿੰਘ ਨੇ ਆਪ ਨੇਤਾ ਅਨਮੋਲ ਗਗਨ ਮਾਨ ਕਾ ਇਸ ਸੰਘਰਸ਼ ਕੋ ਸਮਰਥਨ ਦੇਨੇ ਗਾਂਵ ਐਲਗਰਾ ਪਹੁੰਚਣੇ ਪਰ ਆਭਾਰ ਵਿਅਕਤ ਕੀਆ। ਸੁਣੇ ਕਿਆ ਕਹਾ ਸਿਟੀ ਹਲਚਲ ਸੇ ਬਾਤ ਕਰਤੇ ਹੋਏ ਇਲਾਕਾ ਸੰਘਰਸ਼ ਕਮੇਟੀ ਕੇ ਅਧਿਅਕਸ਼ ਸਰੂਪ ਸਿੰਘ ਨੇ। ਇਹਨਾਂ ਦਾ ਜਿਹੜੇ ਸਾਡੇ ਸੰਘਰਸ਼ ਦੇ ਵਿੱਚ ਆ ਕੇ ਪੇਸ਼ ਹੋਏ ਆ, ਬਾਕੀ ਇਲਾਕਾ ਮਾਰਸੀ ਜਿੰਨੇ ਸਾਡੇ ਮਾੜੀਏ ਸੁਨੇਹੇ ਦੇ ਵੀ ਇਕੱਠੇ ਹੋਏ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਜਦ ਤੱਕ ਮੇਰੀ ਜਾਨ ਦਾ ਵੀ ਜਾਨ ਹੈ, ਇਹਨੇ ਮੈਨੂੰ ਸੌਂਪਿਆ ਹੈ, ਜਦ ਤੱਕ ਮਰਤਾ ਮੈਂ ਜਾਊਂਗਾ ਪਿੱਛੇ ਨਹੀਂ ਹਟੂੰਗਾ ਕਦੇ ਵੀ। ਇਹ ਕੋਈ ਕੰਮ ਨਹੀਂ ਹੈ ਵੀ ਮੈਂ ਪੈਸੇ ਲੈ ਜਾਊਂ ਜਾਂ ਕਿਸੇ ਨੂੰ, ਮੈਂ ਕਿਸੇ ਚਾਹ ਦਾ ਕੱਪ ਨਹੀਂ ਪੀਂਦਾ, ਇਮਾਨਦਾਰੀ ਨਾਲ ਕੰਮ ਕਰੂੰਗਾ। ਇੱਥੇ 20-25 ਬੰਦੇ ਤਾਂ ਡੁੱਬ ਕੇ ਮਰ ਗਏ, 3 ਕਤਲ ਵੀ ਹੋਏ ਜੀ ਇੱਥੇ, ਉਹਨਾਂ ਦਾ ਵੀ ਕੋਈ ਅੱਜ ਤੱਕ ਇਹਨਾਂ ਨੂੰ ਪਤਾ ਨਹੀਂ ਕੀਤਾ ਵੀ ਕਦਲ ਕਿਹਨੇ ਕੀਤੇ। ਗਰੀਬ ਬੰਦੇ ਵੱਢੇ ਆ ਇੱਥੇ, ਇੱਕ ਮੁੰਡਾ 2 ਵਜੇ ਦੇ, ਇੱਕ ਸਾਡਾ ਇਹਨਾਂ ਇਲਾਕੇ ਦਾ ਬੰਦਾ ਦਾ 2-3 ਸਾਲ ਹੋ ਗਏ, ਕਿਸੇ ਬੰਦੇ ਨੇ ਪਾਤ ਨਹੀਂ ਪੁੱਛੀ। ਜਦ ਤੱਕ ਜ਼ਿੰਦਗੀ ਹੈਗੀ ਜਦ ਤੱਕ ਚੱਲੂਗਾ, ਜਦ ਤੱਕ ਬੰਦ ਨਹੀਂ ਹੁੰਦਾ, ਚੱਲੂਗਾ ਜੀ 4 ਦਿਨ ਪਿਛਾਕ ਸਾਨੂੰ ਫੇਰ ਭਾਵੇਂ ਬੰਦ ਕਰ ਦੇਣੇ, ਜੀਂਦੇ ਨਹੀਂ ਹੋਣ ਦਿੰਦੇ। ਇਸ ਮੌਕੇ ਪਰ ਸਤਵੀਰ ਬਾਲੀਆ, ਅਕਾਲੀ ਨੇਤਾ ਟਿੱਕਾ ਜਸਵੀਰ ਸਿੰਘ, ਰਾਜੇਸ਼ ਕੁਮਾਰ, ਰਾਜਪਾਲ ਸਿੰਘ, ਗੁਰਵਿੰਦਰ ਸਿੰਘ, ਐਡਵੋਕੇਟ ਵਿਸ਼ਾਲ ਸੈਣੀ, ਜਸਵੰਤ ਸਿੰਘ, ਰਘਵੀਰ ਸਿੰਘ ਬੇਲਾ, ਕਰਮ ਸਿੰਘ ਬੇਲਾ, ਅਮਰੀਕ ਸਿੰਘ, ਮਨਜੋਤ ਸਿੰਘ ਨੰਗਲ, ਰਾਜਪਾਲ ਸਿੰਘ, ਰਾਹੁਲ ਰਾਣਾ, ਬਹਰਪਾਲ ਸਿੰਘ ਇਤਿਆਦਿ ਵੀ ਵਿਸ਼ੇਸ਼ ਤੌਰ ਪਰ ਉਪਸਥਿਤ ਰਹੇ। ਸਿਟੀ ਹਲਚਲ ਕੇ ਲਈ ਜ਼ਿਲ੍ਹਾ ਰੂਪਨਗਰ ਕੇ ਗਾਂਵ ਐਲਗਰਾ ਸੇ ਕਰਨ ਚੋਪੜਾ ਕੀ ਰਿਪੋਰਟ। ਵਸੀਮ ਗਾਰਮੈਂਟ ਮੇਨ ਮਾਰਕੀਟ ਵਾਲੀ ਦੁਕਾਨ ਬਦਲ ਕਰ ਅਬ ਨੰਗਲ ਭਾਕੜਾ ਮੁਖਯ ਮਾਰਗ ਪਰ ਖੁੱਲ ਗਈ ਹੈ। ਯਹਾਂ ਆਪਕੋ ਮਿਲੇਂਗੇ ਬੱਚੋਂ ਸੇ ਲੇਕਰ ਲੇਡੀਜ਼ ਬੱਚਾਂਸ ਕੇ ਏਕ ਸੇ ਬੜਕਰ ਏਕ ਖੂਬਸੂਰਤ ਡਿਜ਼ਾਈਨੋਂ ਕੇ ਬ੍ਰਾਂਡਡ ਕੱਪੜੇ,
वह भी होलसेल रेट पर, तो जरूर एक बार सेवा का मौका दे, क्योंकि एक बार आओगे तो बार बार आओगे, यह दावा है वसीम गारमेंट्स का। वसीम गारमेंट 82 हिलव्यू एंक्लेव भाकड़ा रोड। संपर्क करें फोन नंबर 94634-85560-88974। सारे नगर निवासी अरदास विनती करते हैं कि सानू एक बार सेवा का मौका दो और बाजार नालों सस्ते दाम पे हर आइटम मिलेगी। इस कार्यक्रम के प्रायोजक थे बापू गंगादास जी टीवीएस शोरूम कीरतपुर साहिब। यहां से टीवीएस की कोई भी गाड़ी खरीदने पर मिलेंगे 3 आकर्षक उपहार। नकद गाड़ी खरीदने पर 2500 रुपए की छूट, फाइनेंस की सुविधा उपलब्ध, 4500 का भुगतान कर कोई भी गाड़ी ले जाएं अपने घर, 5 साल की इंश्योरेंस, 5 साल की वारंटी और 2 साल तक निःशुल्क सर्विस की सुविधा के साथ और भी कई लाभ पाएं। यह मौका हाथ से न जाने दें और पहुंचे टीवीएस गाड़ी खरीदने के लिए टीवीएस शोरूम बापू गंगादास जी कीरतपुर साहिब।